ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ 2-3 ਦਿਨਾਂ 'ਚ ਮੈਨੂੰ ਪੰਜਾਬ ਦੇ ਕੋਨੇ ਕੋਨੇ ਤੋਂ ਕਈ ਟੈਲੀਫੋਨ ਆਏ ਹੈ ਕਿ ਪਿੰਡਾਂ ਵਿੱਚ ਅਤੇ ਖਾਸ ਕਰਕੇ ਸ਼ਹਿਰਾਂ ਦੇ ਵਾਰਡਾਂ ਵਿੱਚ ਕਈ ਗਰੀਬ ਪਰਿਵਾਰ ਹੈ ਜਿਨ੍ਹਾਂ ਕੋਲ ਰਾਸ਼ਨ ਖਤਮ ਹੋ ਗਿਆ ਅਤੇ ਉਹਨਾਂ ਕੋਲ ਰੋਟੀ ਖਾਣ ਦਾ ਕੋਈ ਸਾਧਨ ਨਹੀਂ। ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹਲਕਾ ਇੰਚਾਰਜ ਨੂੰ, ਜ਼ਿਲ੍ਹੇ ਪ੍ਰਧਾਨਾਂ ਨੂੰ, ਸਰਕਲ ਪ੍ਰਧਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੇ ਆਪਣੇ ਇਲਾਕੇ ਵਿੱਚ ਹਰ ਪਿੰਡ ਦੇ ਜਿਹੜਾ ਆਪਣਾ ਮੋਹਤਵਰ ਹੈ ਉਹਦੇ ਨਾਲ ਗੱਲ ਕਰੋ, ਉਸ ਪਿੰਡ ਵਿੱਚ ਪਤਾ ਕਰਾਓ ਕਿ ਕੋਈ ਇਹੋ ਜਿਹਾ ਇਨਸਾਨ ਹੈ, ਇਹੋ ਜਿਹਾ ਪਰਿਵਾਰ ਹੈ ਜਿਹਦੇ ਕੋਲ ਕੋਈ ਖਾਣ ਵਾਸਤੇ ਕੋਈ ਸਮੱਸਿਆ ਹੈ। ਜੇ ਕੋਈ ਹੈ ਜੇ ਆਪਣੇ ਘਰੋਂ ਵੀ ਉੱਥੇ ਦੇਣਾ ਪਏ ਸਮਾਨ ਜ਼ਰੂਰ ਦਿਓ, ਨਹੀਂ ਤਾਂ ਤੁਸੀਂ ਆਪਣੇ ਪਾਰਟੀ ਆਫਿਸ 'ਚ ਗੱਲ ਕਰਿਓ ਅਤੇ ਡੀ ਸੀ ਸਾਹਿਬ ਨਾਲ ਵੀ ਗੱਲ ਕਰ ਸਕਦੇ ਹੋ। ਆਪਣਾ ਇੱਕ ਮਕਸਦ ਹੋਣਾ ਚਾਹੀਦਾ ਕਿ ਕੋਈ ਵੀ ਪਰਿਵਾਰ ਕੋਈ ਤਕਲੀਫ 'ਚ ਹੈ, ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਅੱਗੇ ਹੋ ਕੇ ਉਹਦੀ ਮਦਦ ਕਰਨੀ ਚਾਹੀਦੀ ਹੈ। ਮੈਨੂੰ ਕਈ ਹਲਕਿਆਂ ਤੋਂ ਆਹ ਵੀ ਪਤਾ ਲੱਗਿਆ ਕਿ ਜਿਹੜਾ ਸਰਕਾਰ ਤਰਫੋਂ ਰਾਸ਼ਨ ਦਿੱਤਾ ਜਾ ਰਿਹਾ ਉਹਦੇ 'ਚ ਕਾਫੀ ਪੱਖਪਾਤ ਹੋ ਰਹੀ ਹੈ, ਪੋਲੀਟੀਕਲੀ ਉਹ ਵੰਡਿਆ ਜਾ ਰਿਹਾ। ਮੈਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਹ ਮੌਕਾ ਕੋਈ ਪੋਲੀਟਿਕਸ ਦਾ ਨਹੀਂ, ਤੁਸੀਂ ਆਪਣੇ ਸਾਰੇ ਡੀ ਸੀ ਨੂੰ ਇੰਸਟਰਕਸ਼ਨ ਦਿਓ ਕਿ ਕੋਈ ਵੀ ਪਾਰਟੀ ਦਾ ਵਰਕਰ ਹੋਏ ਜੇ ਉਹਨੂੰ ਕਿਸ ਚੀਜ਼ ਦੀ ਲੋੜ ਹੈ ਇਹਨਾਂ ਡੀ ਸੀ ਦੇਖਣ ਜਾਂ ਉਹਨਾਂ ਦੀ ਲੋਕਲ ਲੀਡਰਸ਼ਿਪ ਨਾ ਦੇਖਣ ਕਿ ਇਹ ਕਿਸ ਪਾਰਟੀ ਦਾ, ਕਿਉਂਕਿ ਇਹ ਮੁਸ਼ਕਲ ਦੀ ਘੜੀ ਸਾਰਿਆਂ ਉੱਤੇ ਹੈ। ਆਪਾਂ ਸਾਰੇ ਹੀ ਰਲ ਮਿਲ ਕੇ ਆਹ ਜੰਗ ਲੜ ਸਕਦੇ ਹਾਂ ਅਤੇ ਜਿੱਤਾਂਗੇ। ਮੈਨੂੰ ਬੜੀ ਖੁਸ਼ੀ ਹੈ ਕਿ ਪਿਛਲੇ 2-3 ਦਿਨਾਂ 'ਚ ਪੰਜਾਬ ਦੇ ਬਹਾਦਰ ਲੋਕਾਂ ਨੇ, ਜੋ ਗਵਰਨਮੈਂਟ ਨੇ, ਸੈਂਟਰਲ ਗਵਰਨਮੈਂਟ ਨੇ ਅਤੇ ਪੰਜਾਬ ਗਵਰਨਮੈਂਟ ਨੇ ਇੰਸਟਰਕਸ਼ਨ ਦਿੱਤੀਆਂ ਸੀ ਕਿ ਆਪਾਂ ਘਰੇ ਰਹਿੰਦੇ ਹਾਂ, ਕਾਫੀ ਹੱਦ ਤੱਕ ਪੰਜਾਬ ਦੇ ਲੋਕ ਮੰਨ ਰਹੇ ਆ। ਆਹ ਔਖੀ ਘੜੀ ਹੈ, 20-25 ਦਿਨ ਹੋਰ ਹੈ, ਜੇ ਆਪਾਂ ਹਿੰਮਤ ਕਰਕੇ ਘਰੇ ਰਹਾਂਗੇ ਆਹ ਬਿਮਾਰੀ ਦੀ ਤੋਂ ਜਿੱਤ ਪ੍ਰਾਪਤ ਕਰ ਲਾਂਗੇ ਅਤੇ ਉਨੀ ਛੇਤੀ ਆਹ ਸਮੱਸਿਆ ਹੱਲ ਹੋਊਗੀ ਅਤੇ ਆਪਾਂ ਆਪਣੇ ਕੰਮ ਕਰ ਸਕਾਂਗੇ। ਤੋ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਫਿਰ ਤੋਂ ਅਪੀਲ ਕਰਦਾ ਕਿ ਆਪਾਂ ਹਰ ਰੋਜ਼ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਕਿ ਪਰਮਾਤਮਾ ਸਾਰੇ ਪਰਿਵਾਰਾਂ ਦੇ ਸਿਰ 'ਤੇ ਹੱਥ ਰੱਖੇ, ਸਰਬੱਤ ਦੇ ਭਲੇ ਦੀ ਅਰਦਾਸ ਕਰੀਏ, ਕਿਉਂਕਿ ਆਹ ਜਿਹੜਾ ਸੰਕਟ ਹੈ ਆਹ ਪੂਰੀ ਦੁਨੀਆ 'ਚ ਇੰਨਾ ਭਿਆਨਕ ਸੰਕਟ ਹੈ। ਮੈਨੂੰ ਲੱਗਦਾ ਮੇਰੀ ਜ਼ਿੰਦਗੀ 'ਚ ਜਾਂ ਤੁਹਾਡੀ ਜ਼ਿੰਦਗੀ 'ਚ ਇਹੋ ਜਿਹਾ ਸੰਕਟ ਅੱਜ ਤੱਕ ਨਹੀਂ ਆਇਆ ਹੋਣਾ ਅਤੇ ਦੇਖਣ ਦਾ ਮੌਕਾ ਨਹੀਂ ਮਿਲਿਆ ਹੋਣਾ ਜਾਂ ਇਹੋ ਜਿਹਾ ਸੰਕਟ ਆਪਾਂ ਹੁਣ ਸਾਹਮਣਾ ਕਰ ਰਹੇ ਹਾਂ। ਪਰ ਮੈਨੂੰ ਪੂਰੀ ਆਸ ਹੈ ਕਿ ਆਪਣੇ ਦੇਸ਼ ਦੇ ਲੋਕ ਜੇ ਹਿੰਮਤ ਕਰਨਗੇ ਆਪਾਂ ਇਸ ਬਿਮਾਰੀ ਤੋਂ ਜਿੱਤ ਪ੍ਰਾਪਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।